अमृतसर ਦੇ ਵਿੱਚ ਫੋਕਲ ਪੁਆਇੰਟ ਤੇ ਬੜੀ ਭਿਆਨਕ ਅੱਗ ਲੱਗੀ ਹੈ ਜਿਸ ਦੇ ਨਾਲ ਕਿ ਆਮ ਲੋਕ ਵੀ ਸਹਿਮ ਚੁੱਕੇ ਨੇ। ਫੋਕਲ ਪੁਆਇੰਟ ਉਹ ਜਗ੍ਹਾ ਜਿੱਥੇ ਕਿ ਜ਼ਿਆਦਾ ਮਾਤਰਾ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ। 43 ਨੰਬਰ ਫੈਕਟਰੀ ਹੈ, ਉਹ ਫੈਕਟਰੀ ਕੈਮੀਕਲ ਦੀ ਫੈਕਟਰੀ ਸੀ ਜਿੱਥੇ ਕਿ ਪੇਂਟ ਵਗੈਰਾ ਬਣਦੇ ਨੇ। ਦੇਖ ਸਕਦੇ ਹੋ ਕਿਸ ਤਰੀਕੇ ਨਾਲ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਬਹੁਤ ਭਾਰੀ ਮਾਤਰਾ ਵਿੱਚ ਆਈਆਂ ਨੇ ਔਰ ਅੱਗ ਬੁਝਾਉਣ ਤੇ ਕੋਸ਼ਿਸ਼ ਕੀਤੀ ਤਾਂ ਅੱਗ ਤੇ ਕਾਬੂ ਪੈ ਚੁੱਕਿਆ। ਪੁਲਿਸ ਕਰਮੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ, ਕੀ ਹੋਇਆ ਸੀ ਇੱਥੇ ਤੇ ਕਿਸ ਵੇਲੇ ਅੱਗ ਲੱਗੀ? ਖੜੇ ਸਾਡੇ ਸਰ, ਤੁਸੀਂ ਤਾਂ ਦੱਸ ਦਿਓ, ਤੁਸੀਂ ਵੀ ਆਲਾ ਅਧਿਕਾਰੀ ਹੋ, ਮੌਕੇ ਤੇ ਖੜੇ ਹੋ। ਸਰ, ਤੁਸੀਂ ਵੇਖੇ ਕੀ ਵੇਖਿਆ ਹੋਏਗਾ, ਦੱਸ ਤੇ ਦਿਓ। ਉਹ ਮੈਂ ਆਇਆ ਹੁਣ 8 ਵਜੇ ਡਿਊਟੀ ਤੇ। ਤਾਂ ਦੇਖ ਸਕਦੇ ਹੋ ਪੁਲਿਸ ਕਰਮੀ ਗੱਲ ਕਰਨ ਤੋਂ ਗਰੇਸ ਕਰਦੇ ਹੋਏ ਨੇ। ਕੀ ਕਾਰਨ ਹੈ ਪਤਾ ਨਹੀਂ, ਫਿਲਹਾਲ ਅੱਗ ਲੱਗਣ ਦਾ ਵੀ ਕਾਰਨ ਸਾਹਮਣੇ ਨਹੀਂ ਆਇਆ। ਔਰ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਦਮਕਲ ਵਿਭਾਗ ਨੇ ਆ ਕੇ ਅੱਗ ਤੇ ਕਾਬੂ ਪਾਇਆ। ਔਰ ਮੌਕੇ ਤੇ ਜੋ ਤੁਸੀਂ ਨਾਲ ਨਾਲ ਸ਼ਾਟ ਦੇਖ ਰਹੇ ਹੋ ਆਪਣੀ ਸਕਰੀਨ ਤੇ ਕਿ ਕਿਸ ਤਰੀਕੇ ਦੀ ਭਿਆਨਕ ਅੱਗ ਸੀ, ਔਰ ਦੂਰ ਤੱਕ ਜੇ ਨਿਗਾਹ ਪਵੇ ਤਾਂ ਇਹ ਫੈਕਟਰੀ ਪੇਂਟ ਦੀ ਹੈ ਜਿੱਥੇ ਕੈਮੀਕਲ ਵਗੈਰਾ ਨੂੰ ਅੱਗ ਫੜੀ ਗਈ ਤੇ ਅੱਗ ਦਾ ਕਾਰਨ ਕੀ ਸੀ ਹੁਣ ਤੱਕ ਪਤਾ ਨਹੀਂ ਲੱਗਾ। ਸੋ ਜੋ ਇੱਥੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੇ ਵਿੱਚ ਕਾਬੂ ਪਾਉਣ ਦੇ ਵਿੱਚ, ਕਦੋਂ ਲੱਗੀ ਅੱਗ, ਕਦੋਂ ਪਤਾ ਲੱਗਾ ਸੀ? ਨੁਕਸਾਨ ਤਾਂ ਕਾਫੀ ਹੋਇਆ, ਨੁਕਸਾਨ ਹੋਇਆ ਨਹੀਂ, ਜਾਨੀ ਨੁਕਸਾਨ ਨਹੀਂ ਸਰ। ਇਹ ਅਸੀਂ ਗੱਲ ਕੀਤੀ ਹੈ ਜਿਨ੍ਹਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ, ਔਰ ਜਾਨੀ ਨੁਕਸਾਨ ਨਹੀਂ ਹੋਇਆ। ਸਭ ਤੋਂ ਵੱਡੀ ਗੱਲ ਕਿ ਜਾਨੀ ਨੁਕਸਾਨ ਨਹੀਂ, ਕਿਉਂਕਿ ਇੱਥੇ ਆਮ ਵਸੋਂ ਵੀ ਕਾਫੀ ਹੈ, ਆਵਾਜਾਈ ਵੀ ਕਾਫੀ ਹੈ, ਔਰ ਫੋਕਲ ਪੁਆਇੰਟ ਜਿੱਥੇ ਕਿ ਭਾਰੀ ਮਾਤਰਾ ਵਿੱਚ ਮਜ਼ਦੂਰ ਕੰਮ ਕਰਦਾ, ਔਰ ਉਸ ਜਗ੍ਹਾ ਦੇ ਉੱਤੇ ਇੰਨੀ ਭਿਆਨਕ ਅੱਗ ਲੱਗੀ ਹੈ। ਤੜਕੇ ਦਾ ਸਮੇਂ ਸੀਗੇ ਔਰ ਹਫੜਾ ਦਫੜੀ ਮੱਚ ਗਈ ਹੈ ਸ਼ਹਿਰ ਦੇ ਵਿੱਚ, ਔਰ ਪੂਰੇ ਸ਼ਹਿਰ ਨੂੰ ਇਹੀ ਮੰਗ ਹੈ, ਇਹੀ ਮੰਗ ਕਰਦੇ ਨੇ ਸ਼ਹਿਰ ਵਾਸੀ ਕਿ ਜਿਹੜਾ ਫੋਕਲ ਪੁਆਇੰਟ ਹੈ ਸ਼ਹਿਰ ਤੋਂ ਬਾਹਰ ਕੱਢਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਕੋਈ ਖਤਰਾ ਨਾ ਹੋਵੇ। ਸੋ ਇੱਕ ਪਾਸੇ ਜੇ ਅਸੀਂ ਦੂਰ ਤੱਕ ਨਿਗਾਹ ਮਾਰਦੇ ਹਾਂ, ਹਰ ਜਗ੍ਹਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੀ ਦਿਖਦੀਆਂ ਨੇ। 9 ਤੋਂ 10 ਗੱਡੀਆਂ ਆ ਕੇ ਅੱਗ ਬੁਝਾਉਣ ਦੇ ਵਿੱਚ ਸਹਾਇਕ ਹੋਈਆਂ ਨੇ, ਔਰ ਇੱਕ ਕੈਮੀਕਲ ਦੀ ਫੈਕਟਰੀ ਨੂੰ ਅੱਗ ਲੱਗੀ ਹੈ। ਧਮਾਕੇ ਦੇ ਧਮਾਕੇ ਹੋ ਰਹੇ ਸੀ ਔਰ ਫਟਣ ਦੀ ਆਵਾਜ਼ ਵੀ ਕਾਫੀ ਆਈ ਹੈ, ਤੇ ਜਿਸ ਤਰੀਕੇ ਦੇ ਨਾਲ ਇੱਥੇ ਜੋ ਮਾਹੌਲ ਬਣਿਆ ਉਹ ਵਾਹਵਾ ਤਣਾਅਪੂਰਨ ਸੀਗਾ। ਆਪਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਫਿਲਹਾਲ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ, ਪਰ ਹੁਣ ਅੱਗ ਤੇ ਕਾਬੂ ਪਾ ਲਿੱਤਾ ਗਿਆ। ਪਰ ਫਿਰ ਵੀ ਕਿਤੇ ਨਾ ਕਿਤੇ ਧੂੰਆਂ ਅਜੇ ਦੇਖੀਏ ਤਾਂ ਉਹ ਨਿਕਲਦਾ ਨਜ਼ਰ ਆ ਰਿਹਾ। ਵੀਡੀਓ ਜਰਨਲਿਸਟ ਅਕਸ਼ੈ ਦੇ ਨਾਲ ਹਰਮੀਤ ਸਿੰਘ, ਜਗਬਾਣੀ ਟੀਵੀ, ਅੰਮ੍ਰਿਤਸਰ।